ਮੈਂ ਕਿਹਾ ਜਿਹੜੇ ਗਦਰੀ ਬਾਬੇ ਸੀ ਨਾ ਬਈ ਜਦੋਂ ਚੱਲਦੇ ਆ ਉਧਰੋਂ ਤਾਂ ਉਦੋਂ ਕਿਤੇ ਨਾ ਕਿਤੇ ਉਹ ਜਵਾਬ ਦੇ ਗਏ ਸੀ ਕਿ ਸਾਡੇ ਕੋਲ ਅਸਲਾ ਨਹੀਂ ਹਥਿਆਰ ਨਹੀਂ ਅਸੀਂ ਕਿਵੇਂ ਜਰਾ ਖੇਲੜੀਏ ਤਾਂ 17 ਸਾਲ ਤੋਂ ਵੀ ਛੋਟੀ ਉਮਰ ਦਾ ਨੌਜਵਾਨ 200 ਪਿਸਤੌਲ ਤੇ 2000 ਰੌਂਦ ਇਕੱਠੇ ਕਰਦਾ 2 ਦਿਨਾਂ ਦੇ ਵਿੱਚ ਤੇ ਜਹਾਜ਼ ਧਰ ਕੇ ਲੋਕ ਲਾ ਕੇ ਚਾਬੀ ਫੜਾ ਦਿੰਦਾ ਕਹਿੰਦਾ ਚੱਕੋ ਯਾਰ ਕਹੇ ਜਾ ਬੰਦਾ ਹੋ ਕੀ ਕਰਦਾ ਹੋ ਸੋਚਣ ਵਾਲੀ ਗੱਲ ਆ ਉਹ ਬੰਦੇ ਨੂੰ ਕੀ ਆ ਮੈਂ ਕਹਿੰਦਾ ਸਭ ਤੋਂ ਪਹਿਲਾਂ ਪਾਇਲਟ ਵੀ ਉਹ ਹੋਇਆ ਕਿਉਂਕਿ ਪਤਾ ਸੀ ਕਿ ਅੰਗਰੇਜ਼ਾਂ ਨਾਲ ਜੰਗ ਲੜਨ ਵਾਸਤੇ ਹੋ ਸਕਦਾ ਜਹਾਜ਼ਾਂ ਦੇ ਨਾਲ ਵੀ ਜੰਗ ਲੜਨੀ ਪਵੇ ਤਾਂ ਉਹ ਬੰਦੇ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਜਾਂਦਾ ਜਿਹੜਾ ਕੋਰਸ ਕਰਨ ਦੇ ਸਾਲਾਂ ਬੱਧੀ ਟਾਈਮ ਲੱਗਦਾ 5 ਹਫ਼ਤਿਆਂ ਦੇ ਵਿੱਚ ਜਹਾਜ਼ ਉਡਾਉਣਾ ਸਿੱਖਿਆ ਸੀ ਉਹ ਸੀ ਕਰਤਾਰ ਸਿੰਘ ਸਰਾਭਾ ਯਾਰ ਉਸ ਸਰਾਭੇ ਨੂੰ ਮੈਂ ਕਹਿੰਦਾ ਵੀ ਜੇ ਉਹਨੂੰ ਅਸੀਂ ਦੇਖਿਆ ਜਾਵੇ ਹਿਊਮਨ ਡਾਇਨਮੋ ਨੂੰ ਸਲੇਡਾ ਵੀ ਕਹਿੰਦੇ ਸੀ ਸਲੇਡਾ ਤਾਂ ਕਹਿੰਦੇ ਸੀ ਕਿਉਂਕਿ ਜਦੋਂ ਉੱਥੋਂ ਗਦਰੀ ਬਾਬੇ ਚੱਲਦੇ ਆ 1 ਮਹੀਨੇ 'ਚ ਕੋਬੀ ਦੀ ਬੰਦਰਗਾਹ ਤੇ ਜਹਾਜ਼ ਪਹੁੰਚਦਾ ਕਹਿੰਦੇ 3-4 ਹਫ਼ਤੇ ਉਦੋਂ ਬਾਅਦ ਵੀ ਜਹਾਜ਼ ਤੁਰਨ ਤੋਂ ਬਾਅਦ ਉਹ ਅਮਰੀਕਾ 'ਚ ਦਿਖਾਈ ਦਿੰਦਾ ਤੇ ਕੋਬੀ ਦੀ ਬੰਦਰਗਾਹ ਤੇ ਉਹਨਾਂ ਤੋਂ ਪਹਿਲਾਂ ਖੜਾ ਸੀ ਸੋਚਣ ਵਾਲੀ ਗੱਲ ਆ ਯਾਰ ਕਾਨੂੰ ਅਸਲ ਦੇ ਵਿੱਚ ਜਿਹੜਾ ਸਿੱਖਾਂ ਦਾ ਰੋਲ ਆਜ਼ਾਦੀ ਦੇ ਵਿੱਚ ਅਸੀਂ 98% ਕੱਲੀਆਂ ਕੁਰਬਾਨੀਆਂ ਕਹਿ ਦਿੰਦੇ ਆ ਪਰ ਜਦੋਂ ਗਦਰੀ ਬਾਬਿਆਂ ਨੂੰ ਸਾਰੇ ਜਾਣਨਗੇ ਨਾ ਤਾਂ ਮੈਂ ਕਹਿੰਦਾ ਫੇਰ ਸਮਝ ਆਊ ਵੀ ਅਸਲ ਗਦਰੀ ਬਾਬਿਆਂ ਦਾ ਰੋਲ ਕੀ ਸੀ ਇਸੇ ਕਰਕੇ ਅਸੀਂ ਵਾਰ-ਵਾਰ ਮੈਂ ਕਿ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਯਾਰ ਕਰਤਾਰ ਸਿੰਘ ਸਰਾਭੇ ਨੂੰ ਜੇ ਅੱਜ ਦਾ ਨੌਜਵਾਨ ਜਾਗਦੇ ਮੈਂ ਕਹਿੰਦਾ ਬਈ ਇਹ ਗੁਲਾਮੀ ਜਿਹੜੀ ਅੱਜ ਵੀ ਭੋਗੀ ਜਾਂਦੇ ਆ ਇਹ ਗੁਲਾਮੀ ਦੀਆਂ ਜੇ ਬੇੜੀਆਂ ਤੋੜਦੀਆਂ ਕਿਉਂਕਿ ਉਹ ਗੁਲਾਮੀ ਖਾਤਰ ਗਦਰੀ ਬਾਬੇ ਲੜੇ ਨਹੀਂ ਸੀ ਜਿਹੜੀ ਅੱਜ ਅਸੀਂ ਆਜ਼ਾਦੀ ਮਾ ਕੇ ਮਾਣਦੇ ਆ ਇਹ ਆਜ਼ਾਦੀ ਦਾ ਉਹਨਾਂ ਦਾ ਸੁਪਨਾ ਹੀ ਨਹੀਂ ਸੀ ਉਹਨਾਂ ਦਾ ਸੁਪਨਾ ਜਿਹੜਾ ਸੀ ਨਾ ਉਹ ਸਾਡੇ ਕੀ ਆ ਸਿੱਖ ਫਲਸਫੇ ਦੀ ਆਜ਼ਾਦੀ ਜਿਹੜੀ ਸਿੱਖ ਫਲਸਫਾ ਜਿਹੜਾ ਕਹਿੰਦਾ ਉਹੀ ਲੜਾਈ ਲੜਨ ਖਾਤਰ